ਅੱਜ ਮਾਰੇ ਗਏ ਓਏ ਉਸ ਤਾਂ ਸਿਰ ਤੇ ਚੜੀ ਹੁੰਦੀ ਓਏ ਪਹਿਲਾਂ ਤਾਂ ਆਂਡੇ ਸੀ ਜਨਾਬ, ਹੁਣ ਪਤਾ ਨਹੀਂ ਕੀ ਬਣ ਗਿਆ ਜੀ। ਵੈ ਚੋਰਾਂ ਕੋ ਕਿਉਂ ਆਉਣਾ? ਉਹ ਤਾਂ ਜੀ ਘਰ ਵਾਲੀ ਤੋਂ ਚੋਰੀ ਵੇਚਣ ਚੱਲਿਆ ਸੀ, ਮੈਨੂੰ ਕੀ ਪਤਾ ਸੀ ਰਾਹ ਚ ਸੌਦਾ ਹੋਜੂ। ਬਾਜਾ ਵੱਡਾ ਵਪਾਰੀ, ਆ ਕੀ ਆ? ਇਹ ਤਾਂ ਜੰਗਲ ਪਾਣੀ ਚੱਲਿਆ ਸੀ ਜੀ, ਉਹਦਾ ਪਾਣੀ ਹੈ। ਸਾਲਾ ਜੰਗਲ ਪਾਣੀ ਦਾ! ਓਏ ਕਾਹਨੂੰ ਭੰਨੜੀ ਸੀ, ਐਸੇ ਤਾਂ ਦੀਵਾਲੀ ਨੂੰ ਆਤਮਾਜੀਆਂ ਚਲਾਉਣੀਆਂ ਸੀ। ਉਹ ਹੋਟਾ ਬਣਾ ਲਈ। ਉਹ ਮੈਨੂੰ ਪੁਲਿਸ ਆ ਗਈ ਓਏ, ਉਹ ਨਾਨਕਾ ਮੇਲ ਆ ਗਿਆ ਓਏ, ਉਹ ਤੂੰ ਸਾਲਾ ਪੱਠੇ ਵੱਢੀ ਹੋਣਾ ਤੇ ਪੁਲਿਸਾਂ ਦੇ ਪਿੰਡੇ ਮਿੱਲੇ ਵੱਢ ਦੇਣਾ। ਮੈਂ ਤਾਂ ਕਿਹਾ ਸੀ ਜਨਾਬ, ਜੇ ਖਿੱਦੋ ਖਰੋਲਾਂਗੇ ਤਾਂ ਵਿੱਚੋਂ ਲੀਰਾਂ ਹੀ ਨਿਕਲਣੀਆਂ ਨੇ। 12 ਸਾਲ ਤਾਂ ਮੈਨੂੰ ਹੋ ਗਏ, ਅਸੀਂ ਵਾਪਸ ਮੁੜਦੇ ਨੇ। ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਆ ਗੱਲ ਕਰਦੇ ਰਹੀ? ਪਹਿਲਾਂ ਆਉਂਦੀ ਸੀ ਪਰ ਹੁਣ ਆਉਣੋ ਹਟ ਗਈ ਜਨਾਬ। ਨਹੀਂ ਜਦੋਂ ਵੀ ਆਈ ਦਾ ਜਨਾਬ, ਸਾਲੇ ਬੇਸ਼ਰਮ ਕਰਕੇ ਇੰਨਾ ਤੁਰਦੇ ਨੇ, ਮੈਨੂੰ ਤਾਂ ਖਾਲੀ ਬੋਤਲ ਤੱਕ ਨਹੀਂ ਲੱਭਦੀ। ਪਤਾ ਨਹੀਂ ਸ਼ਰਾਬ ਕਿੱਥੇ ਕੱਢਦੇ ਨੇ, ਕਿੱਥੇ ਰੱਖਦੇ ਨੇ, ਕਿੱਥੇ ਵੇਚਦੇ ਨੇ।
ਪਿੰਡ ਦਾ ਸਰਪੰਚ ਕੌਣ ਹੈ? ਸਰਪੰਚ ਨਹੀਂ, ਸਰਪੰਚ ਨਹੀਂ, ਛਿੰਦੋ ਸਰਪੰਚ ਨਹੀਂ। 25 ਸਾਲ ਉਹ ਵੀ ਸਰਬਸੰਮਤੀ ਨਾਲ। ਤੂੰ ਚੁੱਪ ਕਰ ਵੇ, ਘਰੇ ਆਏ ਗਾਹਕ ਨੂੰ ਕੌੜਾ ਨਹੀਂ ਬੋਲੀਦਾ ਹੁੰਦਾ। ਉਹ ਚਾਹੇ ਸੱਦਿਆ ਹੋਵੇ ਜਾਂ ਆਪਦੀ ਮਰਜ਼ੀ ਨਾਲ ਆਇਆ ਹੋਵੇ, ਦੁਨੀਆਦਾਰੀ ਮਿੱਠਤਾ ਨਾਲ ਚੱਲਦੀ ਹੈ। ਹਾਂ ਦੱਸ ਭਾਈ, ਕੀ ਕਹਿੰਦਾ ਤੂੰ? ਡੀਐਸਪੀ ਸਤਰੰਗ ਸਿੰਘ ਨਾਂ ਹੈ ਮੇਰਾ। ਸੱਤ ਹੀ ਨਾ ਸੋਚ ਲਿਓ, ਬਹੁਤ ਰੰਗ ਨੇ ਮੇਰੇ। ਪਤਾ ਕਰਾ ਲਿਓ, ਜਿਸ ਇਲਾਕੇ ਚ ਵੀ ਰਿਹਾ ਉਸ ਇਲਾਕੇ ਦੇ ਪਾਣੀ ਪੁੜਦੇ, ਤੇ ਤੁਸੀਂ ਤਾਂ ਚੀਜ਼ ਹੀ ਕੀ ਹੋ। ਪਤਾ ਹੋਣਾ ਕਿ ਚੋਰੀ ਦਾ ਪੁੱਤ ਗੱਭਰੂ ਔਖਾ ਹੀ ਹੁੰਦਾ ਹੈ, ਜੁਰਮ ਦੀ ਉਮਰ ਲੰਬੀ ਹੋ ਸਕਦੀ ਹੈ ਪਰ ਅਮਰ ਨਹੀਂ। ਤੁਹਾਡੀਆਂ ਕਰਤੂਤਾਂ ਦਾ ਕਾਲਾ ਚਿੱਠਾ ਮੇਰੇ ਕੋਲੇ ਪਹੁੰਚ ਗਿਆ ਹੈ, ਬਾਜ ਆ ਜਾਓ। ਦੇਖ ਅਫਸਰਾ, ਤੇਰੇ ਜਿੰਨੀਆਂ ਗੱਲਾਂ ਤਾਂ ਮੈਨੂੰ ਆਉਂਦੀਆਂ ਨੇ, ਜਿਹੜੀਆਂ ਗੱਲਾਂ ਤੂੰ ਬੋਲੀ ਜਾਂਦਾ ਨਾ, ਇਹ ਗੱਲਾਂ ਦਾ ਜੇ ਤੇਰੇ ਕੋਲ ਸਬੂਤ ਹੈ ਤਾਂ ਦੱਸ। ਜੇ ਇਹਨਾਂ ਚੋਂ ਇੱਕ ਵੀ ਇਹੋ ਜਿਹਾ ਨਿਕਲਿਆ ਨਾ, ਤਾਂ ਮੈਂ ਆਪ ਕੰਨ ਫੜ ਕੇ ਤੈਨੂੰ ਫੜਾਉਂ, ਨਹੀਂ ਤਾਂ ਚਾਹ ਪਾਣੀ ਪੀਓ ਤੇ ਡੰਡੀ ਲੱਗੋ। ਸਰਬਸੰਮਤੀ ਹੈ 20 ਸਾਲ। 25 ਬਹੁਤ ਗਿਣਤੀਆਂ ਮਿਣਤੀਆਂ ਰੱਖਦਾ। ਸਰਪੰਚ ਹੋਏਗੀ ਬੀਬੀ ਆਪਦੇ ਘਰੇ, ਆਪਦੇ ਪਿੰਡ ਚ। ਸਰਕਾਰ ਨੇ ਮੈਨੂੰ DSP ਲਾਇਆ ਇਲਾਕੇ ਦਾ, ਇਹ ਮੈਂ ਐਲਾਨ ਕਰ ਚੱਲਿਆ, ਯਾਦ ਰੱਖਿਓ। ਪਹਿਲਾ ਗੇੜਾ ਮੇਰਾ, ਬਾਜ ਆ ਜਾਓ ਆਪਦੀਆਂ ਹਰਕਤਾਂ ਤੋਂ, ਨਹੀਂ ਉਹ ਕਰੂੰ ਜਿਹੜੀ ਖੇਤ ਪੈ ਗਧੇ ਨਾਲ ਨਹੀਂ ਹੁੰਦੀ। 25 ਸਾਲ ਜਿੰਨੀ। ਚਲੋ ਏ, ਚਲੋ ਵੀ ਚਲੋ ਸਾਰੇ, ਚਲੋ ਚਲੋ ਚੜ੍ਹ ਜਾ ਸਰ।